ਚਾਵਾਂ 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 ਕੋਲਾਂ ਕੂਕਦੀਆਂ ਕਿਤੇ ਬੋਲ ਵੇ ਚੰਦਰਿਆ ਕਾਵਾਂ। ਹਾਂ ਕੋਲਾਂ ਕੂਕਦੀਆਂ ਕਿਤੇ ਬੋਲ ਵੇ ਚੰਦਰਿਆ ਕਾਵਾਂ। ਨਹੀਂ ਨਾ ਠਹਿਰ ਜਾ। ਚਾਵਾਂ 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 ਕੋਲਾਂ ਕੂਕਦੀਆਂ ਕਦੇ ਬੋਲ ਵਿੱਚ ਚੰਦਰਿਆ ਕਾਵਾਂ। ਬੋਲੀ ਪਾ ਮਿੱਤਰਾ ਮੈਂ ਨੱਚਦੀ ਗਲੀ ਵਿੱਚੋਂ ਆਵਾਂ, ਮੈਂ ਨੱਚਦੀ ਗਲੀ ਵਿੱਚੋਂ ਆਵਾਂ, ਮੈਂ ਨੱਚਦੀ ਗਲੀ ਵਿੱਚੋਂ ਆਵਾਂ। ਗਲ ਲੱਗ ਮਿੱਤਰਾਂ ਦੇ ਮੈਂ ਅਮਰ ਬੇਦ ਬਣ ਜਾਵਾਂ। ਆਹ ਲੈ ਚੱਕ ਮਿੱਤਰਾ ਮੇਰੀ ਹਿੱਕ ਤੇ ਤੇਰਾ ਸਰਨਾਮਾ, ਇਹਨੂੰ ਕਹਿੰਦੇ ਬੋਲੀ। ਭਾਟਸਾ 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 ਦੁੱਧ ਦਾ ਗਲਾਸ ਮੰਗਿਆ, ਉਹਨੇ ਕੰਗਣੀ ਬਲੋਬਰ ਕਰਤਾ, ਹੱਸਦੀ ਜਿਹਨੇ ਦਿਨ ਵਗਿਆ ਅਸੀਂ ਕੱਢ ਕੇ ਥਲੀ ਦਿੱਤਾ। ਬਾਬਾ ਜੀ ਵਿਆਹਾਂ ਤੇ ਦੇਸੀ ਘੇ ਵੰਡਦੇ ਹੁੰਦੇ ਸੀ ਬਾਲਟੀਆਂ ਚ ਪਾ ਕੇ, ਹੈਨਾ? ਤੁਸੀਂ ਉਹ ਚੇਤਾ ਨੀ ਪਿੰਡ? ਹਾਂ, ਅਸੀਂ ਇੱਕ ਦੋ ਵਾਰ ਇੱਥੇ ਗੰਡਾ ਸਿੰਘ ਵੀ ਗਏ ਹਾਂ। ਹਾਂਜੀ, ਚੇਤੇ ਵਾਲੇ ਪਾਉਂਦੇ ਸੀ ਘਿਓ। ਹਾਂਜੀ, ਜਿਹੜੇ ਸਾਡੇ ਲੁਧਿਆਣੀਏ ਸੀ ਨਾ, ਸਾਡੇ ਪਾਉਂਦੇ ਸੀ ਉਬਾਲੂ ਚੌਲ, ਚੌਲਾਂ ਤੇ ਘੇ। ਅੱਛਾ, ਉਬਾਲੂ ਚੌਲਾਂ ਦੇ ਉਹ ਕਿੰਨੇ ਕੁ ਸਾਲ ਚੱਲਿਆ? ਸਾਰੀਆਂ ਕੌਮਾਂ ਦੇ ਸੀ, ਸਾਰਿਆਂ ਦੇ ਮੁਸਲਮਾਨ ਇੱਥੇ ਵੀ ਸਾਰਿਆਂ ਦੇ ਸੀ। ਘੱਗਰੇ ਪਹੁੰਚੇ 50-60 ਸਿਆਣੀ ਜਨਾਨੀ ਬੁੜੀ ਹੋ ਜਾਂਦੀ, ਸਿਆਣੀਆਂ ਪਾਉਂਦੀਆਂ, ਕੁੜੀਆਂ ਤਾਂ ਘੱਟ ਹੀ ਪਾਉਂਦੀਆਂ। ਕੋਈ ਪਿੰਡਾਂ ਦੇ ਵਿੱਚ ਉਹਦਾ ਸਲਵਾਰ ਕਮੀਜ਼ ਵੀ ਪਾਉਂਦਾ ਸੀ ਜਦੋਂ ਤੁਸੀਂ ਇੰਡੀਆ ਸੀ? ਬੰਦਾ ਕੋਈ ਨਹੀਂ ਸੁੱਤਣ, ਬੰਦਾ ਦੇ ਕਿਸੇ ਦੇ ਨਾ ਸੁੱਤਣ ਨਾ ਪੈਂਟ, ਅੱਜ ਚਾਦਰਾਂ ਹੀ ਹੁੰਦੀਆਂ। ਜਿਹੜਾ ਕੋਈ ਸਲਵਾਰ ਕਮੀਜ਼ ਪਾਉਂਦਾ ਬਾਊ ਕਹਿੰਦੇ ਸੀ, ਹੈ ਨਾ? ਬਾਊ ਸਲਵਾਰ ਕਮੀਜ਼ ਵਾਲਾ ਸਾਨੂੰ ਕੋਈ ਮਿਲਿਆ ਨਹੀਂ। ਤੁਸੀਂ ਅੱਛਾ ਉੱਧਰ ਵਿਆਹਾਂ ਦੇ 47 ਤੋਂ ਪਹਿਲੇ ਗੋਸ਼ਤ ਘੱਟ ਹੀ ਸੀ, ਨਹੀਂ ਗੋਸ਼ਤ ਛੋੜੇ ਵਾਲੇ ਇੱਕ ਦੋ ਬੋਟੀਆਂ ਹੋਣੀਆਂ, ਬੱਕਰੇ ਦਾ ਹੀ ਚੱਲਦਾ ਸੀ, ਰਲਵੇਂ ਪਿੰਡ ਸੀ, ਮੋਟਾ ਤਾਂ ਬਾਹ ਲੱਗਦੀ ਕਰਨੀ ਨਹੀਂ ਸੀ। ਅਗਲੇ ਦਾਜ ਦਹੇਜ ਕੀ ਦਿੰਦੇ? ਅੜਿੱਕਾ ਪਾਉਂਦੇ। ਦਾਜ ਦਹੇਜ ਕੀ ਦਿੰਦੇ? ਦਾਜ ਦਹੇਜ ਕੀ ਹੁੰਦਾ ਜੀ? ਕੋਈ ਤਕੜਾ ਹੁੰਦਾ ਸੀ, ਸੰਦੂਖ ਦਿੰਦਾ ਸੀ ਲੱਕੜੀ ਦਾ, ਨਿੰਮ ਦਾ ਬਣਾ ਕੇ ਕਾਸੇ ਦਾ, ਨਹੀਂ ਤਾਂ ਇੱਕ ਅੱਧਾ ਟਰੰਕ ਹੋਣਾ ਜੋ ਮਾੜਾ ਮੋਟਾ ਹੋਣਾ। ਚਰਖਾ ਇਹ ਤਾਂ ਹੁੰਦਾ ਹੀ ਸੀ, ਨਹੀਂ ਉਦੋਂ ਸਿਲਾਕਾਰ ਨੇ ਨਿਆਣਾ ਘੁਮਾਉਣਾ ਸੀ ਉਹਦੇ ਨਾਲ, ਉਲਟੀ ਗੱਲ ਕਰ ਦੇ, ਜਿੱਦਾਂ ਉਹਨਾਂ ਝੂਲਾ ਦੇ ਦਿੰਦੇ ਉਦੋਂ ਚਰਖਾ, ਨਿਆਣਾ ਘੁਮਾਉਣਾ ਉਹਦੇ ਨਾਲ, ਉਹ ਨਾਲ ਚਰਖਾ ਦੇ ਦਿੰਦੇ ਅਗਲੇ ਵੀ ਚੱਲ ਕਿਤੇ ਆਪਣੇ ਪੂਣੀ ਦਾਜ ਦੇ ਵਿੱਚ ਹੁੰਦਾ। ਅੱਛਾ, ਉਦੋਂ ਰਿਸ਼ਤਾ ਲੱਭਣ ਲਈ ਕਿੱਦਾਂ ਦੀ ਕੁੜੀ ਪਸੰਦ ਕਰਦੇ ਸੀ, ਕਹਿੰਦੇ ਇਹੋ ਜਿਹੀ ਹੋਣੀ ਚਾਹੀਦੀ ਹੈ? ਯਾਰ ਉਹ ਸਿਆਣਾ ਬੰਦਾ, ਉਹਨੂੰ ਪੁੱਛ। ਨਹੀਂ ਹੁਣ ਪੜ੍ਹੀ ਲਿਖੀ ਲੱਭਦੇ ਆ, ਹੁਣ ਪੜ੍ਹੀ ਲਿਖੀ ਲੱਗਦੇ ਆ, ਉਦੋਂ ਦਾ ਉਦੋਂ ਅਗਲੇ ਦੇਖਦੇ ਸੀ ਵੀ ਕੋਈ ਕੰਮ ਕਰਨ ਵਾਲੀ ਹੋਵੇ, ਚੰਗੀ ਹੱਡਾਂ ਪੈਰਾਂ ਵਾਲੀ ਹੋਵੇ, ਮਾਲ ਡੰਗ ਸਾਂਭਣ ਵਾਲੀ ਹੋਵੇ, ਆਹੋ ਤੇ ਘਰ ਦੇ ਜੀਆਂ ਨੂੰ ਟੁੱਕ ਪਾਣੀ ਵੀ ਦੇਣ ਵਾਲੀ ਹੋਵੇ, ਉਹਨਾਂ ਨੂੰ ਹੋਵੇ। ਤੇ ਜਣੇ ਜਣੇ ਕਿੱਦਾਂ ਦੇ ਪਸੰਦ ਕਰਦੇ ਮੁੰਡੇ ਲੱਭਦੇ ਸੀ ਮੁੰਡਾ ਬਾਹਰ? ਮੁੰਡਾ ਤਾਂ ਜਿੱਦਾਂ ਦਾ ਹੋਣਾ ਉਹੋ ਜਿਹਾ, ਕਿਹੜਾ ਮੁੰਡੇ ਨੂੰ ਕਿਹੜਾ ਰੋਗਨ ਕਰ ਲੈਣਾ ਕਿਸੇ ਨੇ? ਆਹੋ ਮੁੰਡਾ ਕਿੱਦਾਂ ਦਾ, ਮੁੰਡਾ ਜਿੱਦਾਂ ਦਾ ਮੁਕਦਰਾਂ 'ਚ ਹੋਣਾ ਉਹੀ ਲੱਭਣਾ, ਮੁੰਡਾ ਉਸ ਪਾਲਿਸ਼ ਕਰ ਲੈਣਾ ਬਈ, ਕਿੱਦਾਂ ਦਾ ਲੱਭ। ਪਹਿਲੇ ਵਕਤਾਂ ਜਦੋਂ ਵਿਆਹ ਵਾਲੇ ਦੀ ਜਨਾਨੀ ਨੂੰ ਕਿੰਨੀ ਕਿੰਨੀ ਦੇਰ ਬਾਅਦ ਜਾ ਕੇ ਪਤਾ ਲੱਗਦਾ ਵਿਆਹ ਮੇਰੇ ਘਰ ਵਾਲਾ ਆ, ਇੱਕ ਦੂਜੇ ਦਾ ਮੂੰਹ ਹੀ ਦੇਖਦੇ ਹੁੰਦੇ ਸੀ। ਤੋ ਘਰ ਵਾਲਾ ਕਿੱਥੇ ਗਿਆ ਹੁੰਦਾ ਸੀ? ਉਹਨੇ ਵੀ ਰਾਤ ਨੂੰ ਕਿਹੜਾ ਉਦੋਂ ਇਕੱਲੇ ਇਦਾਂ ਕਮਰੇ ਹੁੰਦੇ ਸੀ ਜਿੱਦਾਂ ਹੁਣ ਕਮਰੇ ਦੇ ਦਿੰਦੇ ਆ, ਉਦੋਂ ਇਦਾਂ ਕਿੱਥੇ ਹੁੰਦਾ ਸੀ? ਉਹ ਤਾਂ ਬਈ ਉਹਨਾਂ ਨੂੰ ਜਿਹੜੇ ਬੰਦਿਆਂ ਨੇ ਮੌਕਾ ਇਹ ਦੇਖਿਆ ਉਹਨਾਂ ਨੇ ਪੁੱਛੀ, ਮੈਂ ਤਾਂ ਘੁੰਡ ਦਾ ਤਾਂ ਦੇਖਿਆ, ਤਾਂ ਮੈਂ ਘੁੰਡਾ ਰੱਖ ਨੂੰ ਰਾਤ ਨੂੰ ਪਾਉਣ ਜਾਂਦਾ ਸੀ ਵੀ ਤੂੰ ਇੱਥੇ ਪੈ, ਤੂੰ ਉੱਥੇ ਪੈ, ਇਹ ਤਾਂ ਨਹੀਂ ਗੱਲ। ਉਹ ਘੁੰਡ ਕੱਢਣਾ ਅਗਲੀਆਂ ਹਜ਼ਾਰ ਘੱਟ ਗਿਆ, ਹਜ਼ਾਰ ਘੱਟ ਗਿਆ। ਜਿਹੜੀ ਜਨਾਨੀ ਪਰਦੇ 'ਚ ਹੋਵੇ ਨਾ, ਜਿਹੜੀ ਜਨਾਨੀ ਨੂੰ ਕੋਈ ਨਾ ਦੇਖੇ, ਉਸ ਜਨਾਨੀ ਦਾ ਹੁਸਨ ਸਾਰੀ ਜ਼ਿੰਦਗੀ ਨਹੀਂ ਜਾਂਦਾ। ਜਿਹੜੀ ਨੇ ਆਪਣਾ ਪਾਲਿਸ਼ ਕਰਕੇ ਸਰ ਤੇਰੇ ਮਤਲਬ ਹੀ
ਇਹਦੇ ਮੁਹਰੇ ਵੀ ਹੀ 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 ਕਰਨ ਉਹਦਾ ਦਿਹਾੜਿਆਂ ਵਿੱਚ ਹੁਸਨ ਖਤਮ ਹੋ ਜਾਂਦਾ ਦੰਦ ਹੀ ਦੰਦ ਰਹਿ ਜਾਂਦੇ ਇਹ ਜਨਾਨੀ ਜਿਹੜੀ ਪੁੜੀ ਚ ਇਹ ਪੁੜੀ ਚ ਬੰਦ ਜਿੰਨੀ ਜਨਾਨੀ ਬੰਦ ਰਹੇ ਉਨੀ ਸਹੀ ਰਹਿੰਦੀ ਘੁੜ ਤੋਂ ਬਗੈਰ ਫਿਰਦੀਆਂ ਸਗੋਂ ਬਹੁਤੀਆਂ ਸੋਹਣੀਆਂ ਲੱਗਦੀਆਂ ਐਵੇਂ ਲੱਗਦੀਆਂ ਵਿੱਚ ਕੱਖ ਨੀ ਉਹਨਾਂ ਸੋਹਣੀਆਂ ਪਾਲਿਸ਼ ਕੀਤੀਆਂ ਹੀ ਉਹ ਗੱਲ ਕਿਹੜੀ ਸੀ ਕਿਹੜਾ ਕਹਿੰਦਾ ਸੀ ਜਦੋਂ ਸਾਡੇ ਤੇ ਜਵਾਨੇ ਤੇ ਬੰਦਾ ਟਾਵਾ ਟਾਵਾ ਰਹਿ ਗਿਆ ਉਹ ਆਹੋ ਓਏ ਉਹ ਕੋਈ ਸੀ ਨਾ ਕੋਈ ਜਵਾਨ ਉਹ ਆਪ ਕਸੋਬਲੀ ਸੀ ਕਿਸੇ ਕੰਮ ਦੀ ਨਹੀਂ ਸੀ ਉਹਨੂੰ ਕੋਈ ਪਸੰਦ ਹੀ ਨਹੀਂ ਸੀ ਕਰਦਾ ਉਹ ਆਪਣੀ ਮਾਸੀ ਵਿੱਚ ਆ ਕੇ ਕਹਿੰਦੀ ਹੈ ਕਿ ਜਦੋਂ ਸਾਡੇ ਤੇ ਜਵਾਨੀ ਜ਼ਿਆਦਾ ਹੋਈ ਬੰਦਾ ਟਾਵਾਂ ਟਾਵਾਂ ਰਹਿ ਗਿਆ ਉਹਨੇ ਕਿਹਾ ਬੰਦਾ ਹੀ ਕੋਈ ਕੋਈ ਰਹਿ ਗਿਆ ਉਹਨੇ ਕਿਹਾ ਬੰਦਾ ਹੀ ਨਹੀਂ ਰਿਹਾ ਇਹ ਨਹੀਂ ਪਤਾ ਬਈ ਮੈਂ ਇਹਦੇ ਵਿੱਚ ਕੱਖ ਨਹੀਂ ਉਹ ਆਪ ਸਾਲੀ 'ਚੋਂ ਬੋਲਦੀ ਸੀ ਉਹਨੂੰ ਦੇਖੇ ਕਿਹੜਾ ਹੈਂ ਉਹਨੇ ਕਿਹਾ ਜੇ ਕੋਈ ਬੰਦਾ ਹੋਵੇ ਤਾਂ ਮੇਰੇ ਹੱਲ ਦੇਖੇ ਉਹ ਕਹਿੰਦੇ ਸਾਡੇ ਤੇ ਜਵਾਨੀ ਜ਼ਿਆਦਾ ਹੀ ਬੰਦਾ ਟਾਵਾਂ ਟਾਵਾਂ ਰਹਿ ਗਿਆ ਵਿਆਹ ਵਾਲੇ ਦਿਨ ਰੂਪ ਬੜਾ ਚੜ੍ਹਦਾ ਸੀ ਰੂਪ ਵਾਲੀ ਕਿਹੜੀ ਗੱਲ ਆ ਜੀ ਰੂਪ ਕਿੱਦਾਂ ਚੜ੍ਹ ਜਾਂਦਾ ਵਿਆਹ ਤੇ ਰੂਪ ਬੜਾ ਚੜ੍ਹਿਆ ਇਹ ਕੀ ਚੱਕਰ ਅੱਗੇ ਪਿੱਛੇ ਨਹੀਂ ਚੜ੍ਹਿਆ ਉਸ ਦਿਨ ਚੜ੍ਹ ਜਾਂਦਾ ਸੀ ਤੇ ਜਾਂ ਮਈਏ ਬਟਨਾ ਮਾਰਦੇ ਸੀ ਬਟਨਾ ਮਾਰਦੇ ਹੋਣੇ ਜਾਂ ਫਿਰ ਮਈਏ ਦੇ ਰੂਪ ਚੜ੍ਹ ਉਹ ਕੋਈ ਚੀਜ਼ ਲਾਉਂਦੇ ਸੀ ਜਾਂ ਵੈਸੇ ਮੈਂ ਤਾਂ ਕਹਿੰਦਾ ਉਹ ਯਾਰ ਇੱਕ ਪੀੜੀ ਜਿਹੀ ਹਲਦੀ ਜਿਹੀ ਹੁੰਦੀ ਸੀ ਹਲਦੀ ਵਰਗੀ ਉਹ ਬਟਨ ਬਟਨ ਬਟਨਾ ਜਿਹਾ ਉਹ ਮਾਰਦੇ ਸੀ ਅੱਛਾ ਨਾਈ ਬਟਨਾ ਮਾਰਦਾ ਸੀ ਵੀ ਜਾਣ ਵਾਲਾ ਨਾਈ ਦੇ ਬਟਨਾ ਐ ਮਾਰ ਜਿਵੇਂ ਝੋਟੇ ਨਾ ਘੋਲ ਕੇ ਆ ਏਦਾਂ ਤਲੀ ਦੇ ਥੱਲੇ ਦੇ ਇੰਜ ਗੇੜਾ ਦੇ ਕੇ ਬੱਤੀਆਂ ਬੱਟ ਬੱਟ ਕੇ ਨਾ ਏਦਾਂ ਬੱਟੀਆਂ ਬੱਟ ਬੱਟ ਕੇ ਉਹ ਲਾਉਂਦਾ ਮੈਂ ਦੇਖਿਆ ਮਾਲ ਦੇ ਉਹ ਕਹਿੰਦੇ ਹੀਰੇ ਬਟਨਾ ਤੂੰ ਮਲ ਲਾ ਬਟਨਾ ਅਗਲੇ ਨੂੰ ਕਿਹਾ ਹੀਰ ਨੇ ਬਟਨਾ ਨਹੀਂ ਨਾ ਮਲਿਆ ਨਾ ਸਾਹਿਬਾ ਨੇ ਮਲਿਆ ਉਹ ਚੱਲਦੀਆਂ ਫਿਰਦੀਆਂ ਗਈਆਂ ਬਟਨੇ ਦੀ ਬਿਮਾਰੀ ਕਿਹੇ ਕਿਹੇ ਦੀ ਇਹ ਸਦੀਕ ਸ਼ਰੀਫ ਰਾਗੀ ਨੇ ਮੇਰਾ ਖਿਆਲ ਕੀਤਾ ਗਾਈ ਨਾ ਉਹਦੇ ਇਹ ਕਿੱਥੋਂ ਦੇ ਸੀ ਸਦੀਕ ਸ਼ਰੀਫ ਰਾਗੀ ਜਿਹੜੇ ਉਧਰ ਦੇ ਸੀ ਆਪਣੇ ਅੱਛਾ ਰਾਗੀਆਂ ਦੀ ਸੁਣਾਓ ਵੀ ਰਾਗੀਆਂ ਜੋ ਕਿਹੜਾ ਬਹੁਤਾ ਮਸ਼ਹੂਰ ਹੋਇਆ ਜਿਹੜਾ ਤੁਹਾਡੇ ਜ਼ਮਾਨੇ 'ਚ ਸੀਗਾ ਫਜਲਾ ਸੀ ਇਹ ਵੀ ਚੰਗਾ ਸੀ ਇਹਨਾਂ ਨਾਲ ਇੱਕ ਜੋ ਇੱਕ ਡੋਗਰ ਹੁੰਦਾ ਸੀ ਡੋਗਰ ਛਪਾਰ ਦਾ ਸੀ ਪਿੱਛੋਂ ਛਪਾਰ ਦਾ ਡੋਗਰ ਸੀ ਛਪਾਰ ਸੀ ਲੁਧਿਆਣੇ 'ਚ ਛਪਾਰ ਉਹਦਾ ਆਹੋ ਡੋਗ ਛਪਾਰੀਆ ਡੋਗਰ ਛਪਾਰੀਆ ਡੋਗਰ ਸੀ ਜਿਹੜੇ ਜਦੋਂ ਬਾਰ ਦੇ ਵਿੱਚ ਇੱਥੇ ਸਿੱਖਾਂ ਨੇ ਬਾਰ ਬਣਾਈ ਆ ਨਾ ਇਹ ਜਦੋਂ ਰਿਸ਼ਤਾ ਕਰਦੇ ਸੀ ਨਾ ਸਿੱਖ ਇੱਥੇ ਸਿੱਖ ਪਹਿਲਾਂ ਕਰਦੇ ਵੀ ਲੈ ਵੀ ਗੱਲ ਹੈਗੀ ਇਹ ਵੀ ਨਾਲ ਛਪਾਰੀਆ ਡੋਗਰ ਲੈ ਕੇ ਆਇਓ ਹੋਰ ਕੋਈ ਸ਼ਹਿ ਲਿਆਓ ਚਾਹੇ ਨਾ ਲਿਆ ਡੋਗਰ ਜ਼ਰੂਰ ਲਿਆ ਇੱਥੇ ਬਾਹਰ ਜਾ ਕੇ ਗਾਉਂਦਾ ਰਿਹਾ ਰਿਸ਼ਤਾ ਅੱਗੇ ਲੱਭਦੇ ਹੁੰਦੇ ਸੀਗੇ ਸੁਣਦੇ ਆ ਵੀ ਨਾਈ ਜਾਂ ਕੋਈ ਮਰਾਸੀ ਜਿਹੜਾ ਪਿੰਡ ਦਾ ਹੁੰਦਾ ਉਹ ਜਾ ਕੇ ਰਿਸ਼ਤਾ ਕਰਕੇ ਆਉਂਦੇ ਹੁੰਦੇ ਸੀ ਏਦਾਂ ਹੀ ਆਹੋ ਇਹ ਕਿਹੜਾ ਰਿਵਾਜ ਸੀ ਪੁੱਠਾ ਜਿਹਾ ਪੁੱਠਾ ਜੇ ਉਹਦਾ ਅਗਲੇ ਨੇ ਮਾਰ ਜੀ ਅਗਲੇ ਬਾਰੇ ਦੀ ਗੱਲ ਆ ਮਰਾਸੀਆਂ ਲੋਕਾਂ ਦੇ ਸਾਰੇ ਉਹਨਾਂ ਦੇ ਵੀ ਸੀਗੇ ਵੀ ਬੰਦਿਆਂ ਦਾ ਪਸੰਦ ਵੀ ਉਹੀ ਕਰਦੇ ਸੀ ਲਿਖੇ ਹੋਏ ਹੁੰਦੇ ਸੀ ਸਾਰੇ ਤਾਂ ਨਹੀਂ ਮਰਾਸੀ ਹੁੰਦੇ ਸੀ ਫੋਟੋ ਫੋਟੋ ਬਾਬਾ ਜੀ ਫੋਟੋ ਫੋਟੋ ਨਹੀਂ ਸੀ ਦਿਖਾਉਂਦੇ ਹੁੰਦੇ ਫੋਟੋ ਤਾਂ ਉਹ ਕੁੜੀ ਦਾ ਪਤਾ ਹੀ ਨਹੀਂ ਸੀ ਹੁੰਦਾ ਫੋਟੋ ਦਾ ਉਹੀ ਨਹੀਂ ਸੀ ਪਤਾ ਵੀ ਕੀ ਹੁੰਦਾ ਫੋਟੋ ਮੜੰਗਾ ਦਾ ਹੁੰਦਾ ਨਕਸ਼ਾ ਦੱਸ ਦਿੰਦੇ ਉਹਦਾ ਨਕਸ਼ਾ ਦੱਸ ਦਿੰਦੇ ਵੀ ਇਦਾਂ ਹੀ ਸਾਰਾ ਨਹੀਂ ਅਗਲੇ ਕੀ ਆ ਉਹ ਫਲਾਨੇ ਵਰਗੀ ਆ ਨਾ ਨਹੀਂ ਉਹਦੇ ਮਰਾਸੀ ਜਾਂਦੇ ਸੀ ਕਿਸੇ ਕਿਸੇ ਦੇ ਬਾਕੀ ਨਹੀਂ ਤਾਂ ਅਗਲੇ ਬੁੜੀਆਂ ਬੰਦੇ ਦੋ ਚਾਰ ਜਾਂਦੇ ਉਹੀ ਲੈ ਕੇ ਆਉਂਦੇ ਹੁੰਦੇ ਸੀ ਨਹੀਂ ਕਿ ਸੁਣੀਆਂ ਉਹ ਬਸ ਪਹਿਲਾਂ ਜੋ ਮਰਜੀ ਹੋਊਗਾ ਪਹਿਲਾਂ ਉਹ ਤਾਂ ਕਿਤੇ ਰਿਹਾ ਵਾ ਇਹ ਦੌਰ ਵੀ ਨਹੀਂ ਉਹ ਰਿਹਾ ਦੌਰ ਕੁੜੀ ਦੇ ਨਾਲ ਜਿਹੜੀ ਲੱਗਣ ਆਉਂਦੀ ਹੁੰਦੀ ਸੀ ਜਦੋਂ ਕਿਤੇ ਵਿਆਹ ਕੇ ਆਉਂਦੀ ਹੁੰਦੀ ਸੀ ਫਿਰ ਉਸ ਵੇਲੇ ਡੋਲੀ ਦਾ ਰਿਵਾਜ ਸੀ ਕਿ ਆਹ ਡੋਲੀ ਦੇ ਨਾਲ ਹੁਣ ਇੱਕ ਹੋਰ ਗੱਲ ਬਾਈ ਨੂੰ ਵੀ ਪੁੱਛਣ ਵਾਲੀ ਆ ਇਹ ਸਾਡੇ ਨਹੀਂ ਇਹਨਾਂ ਦੇ ਰਿਵਾਜ ਆ ਰਾਣਿਆਂ ਦੇ ਜਿਹੜਾ ਬਾਈ ਆ ਜਦੋਂ ਇਹਦਾ ਵਿਆਹ ਹੋਇਆ ਇਹ ਜਾਂਦੇ ਆ ਇਹ ਰਹਿੰਦੇ ਆ ਇਹਦੇ ਵਿੱਚ ਬਾਈ ਇਹ ਵੀ ਇਹ ਕਿਹੜੀ ਗੱਲ ਵੇ ਕਿੱਥੇ ਰਹਿੰਦੇ ਆ ਮੈਨੂੰ ਤਾਂ ਪਤਾ ਨੀ ਕੀ ਕਹਿੰਦਾ ਉਹ ਸਦਾ ਮਾਨ ਲੱਗੇ ਜਿਹੜਾ ਅੱਗੇ ਤੇ ਨਵਾਜਦਾ ਹੋਰ ਆਪਣੀ ਵਾਰੀ ਆਈ ਉਹਦੀ ਹੁਣ ਆਪ ਵੀ ਭੱਜਦਾ ਉਹਨੇ ਸਵਾਲ ਕੀਤਾ ਵਾ ਤੇ ਦੱਸੋ ਫਿਰ ਦਾ ਸਵਾਲ ਕੀਤਾ ਕੀ ਕਹਿੰਦਾ ਰਾਣੇ ਸਸੁਰਾਲ ਜਾ ਕੇ ਰਹਿੰਦੇ ਹਾਂ ਰਾਣੇ ਸੋਹਰੀ ਜਾ ਕੇ ਰਹਿੰਦੇ ਕਈ ਕਈ ਦਿਨ ਰਹਿੰਦੇ ਆ ਫਿਰ ਉਹ ਸਵਾਲ ਕੀਤਾ ਇਹ ਸਵਾਲ ਇਹ ਕਾਹਦਾ ਵੀ ਅਗਲੇ ਆਪਣੀ ਮਰਜ਼ੀ ਨਾਲ ਰਹਿੰਦੇ ਆ ਵੀ ਚਲੋ ਰਹਿੰਦੇ ਆ ਸਾਜਦੇ ਆ ਉਹ ਰੱਖਦੇ ਆ ਆਹ ਤਾਂ ਹੀ ਰਹਿੰਦੇ ਆ ਵੀ ਜਿਸ ਵੇਲੇ ਉਹ ਸਾਰਾ ਮਾਮਲਾ ਵੀ ਵੱਟ ਗੱਲ ਆਹੋ ਉਹ ਉਹਦੀ ਬੇਗਮ ਹੋ ਗਈ ਉਹਦਾ ਸ਼ੋਹਰ ਹੋ ਗਿਆ ਆਹੋ ਤੇ ਇਹ ਵੀ ਇਤਰਾਜ਼ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਉਹ ਸਾਫ ਤਾਂ ਹੁੰਦਾ ਹੈ ਯਾਰ ਪੁੱਛੀ ਤਾਂ ਉਹਦਾ ਮਾਮਲਾ ਪੁੱਛੀ ਹੈ ਅਸਲ ਉਹਦਾ ਜਿਹੜੀ ਵਜ੍ਹਾ ਹੈ ਨਾ ਸਹੀ ਮੈਰਿਜ ਹੋਈ ਹੁੰਦੀ ਕਿ ਉਹਦੀਆਂ ਦਾਵਤਾਂ ਕੀਤੀਆਂ ਜਾਂਦੀਆਂ ਉਹਨਾਂ ਦੇ ਜਿੰਨੇ ਵੀ ਘਰ ਹੁੰਦੇ ਆ ਬਾਕੀ ਦੇਖਦੇ ਆ ਵੀ ਸਾਡਾ ਜਵਾਈ ਖਾਣ ਪੀਣ ਚ ਕਿਦਾਂ ਦਾ ਕਿਦਾਂ ਦਾ ਕੋਈ ਨਹੀਂ ਬਈ ਸਾਰੇ ਰਾਜਪੂਤਾਂ ਚ ਨਹੀਂ ਇਹ ਰਿਵਾਜ ਓਏ ਉਹ ਵੀ ਗੱਲ ਇਹਨਾਂ ਨੂੰ ਕਮਰਾ ਵੀ ਉਹ ਸਰ ਉਹ ਕੰਮ
ਉਹਨਾਂ ਨੂੰ ਜੇ ਜੇ ਇਹ ਜਾਂਦੇ ਸੀ ਨਾ ਜੋ ਅਸੀਂ ਸੁਣਿਆ ਜਿਸ ਵੇਲੇ ਇਹਨਾਂ ਨੇ ਜਾਣਾ ਨਾ ਉੱਥੇ ਆਪਣੇ ਉਹ ਉਹਨਾਂ ਨੂੰ ਜਵਾਈ ਨੂੰ ਆਪਣੇ ਨੂੰ ਆਪਣੀ ਕੁੜੀ ਨੂੰ ਕਮਰਾ ਵੀ ਜੁਦਾ ਦਿੰਦੇ ਕਮਰਾ ਵੀ ਜੁਦਾ ਦਿੰਦੇ ਸੀ ਉਹ ਅਗਲੇ ਦੇਖਦੇ ਸੀ ਅਗਲੇ ਜਿਸ ਵੇਲੇ ਕਮਰਾ ਜਦੋਂ ਦੇਣਾ ਫਿਰ ਦੇਖਣਾ ਝਾੜ ਦੇਖਣਾ ਜਵਾਈ ਦਾ ਕਿਹਾ ਫਿਰ ਕੁੜੀ ਨੂੰ ਪੁੱਛਣਾ ਝਾੜ ਕਿਹਾ ਨਹੀਂ ਓਦਾਂ ਗੱਲ ਠੀਕ ਆ ਵੱਖਰਾ ਕਮਰਾ ਤਾਂ ਹੋਣਾ ਚਾਹੀਦਾ ਬਰਾਂਡੇ ਚ ਪਏ ਹੋਣ ਤੇ ਸਾਰੇ ਇੱਕ ਦਸ ਪੰਦਰਾਂ ਪੰਦਰਾਂ ਵੀਹ ਵੀਹ ਦਿਨ ਰਹਿਣਾ ਇਹ ਫਿਰ ਝਾੜ ਦੇਖਣਾ ਰਾਣੇ ਦਾ ਵੀ ਝਾੜ ਕਿੰਨਾ ਰਾਣਾ ਸੱਚੀ ਕਈ ਕਈ ਦਿਨ ਰਹਿੰਦੇ ਸੀ ਹੁਣ ਤਾਂ ਨੀ ਰਹਿੰਦੇ ਹੁਣ ਤਾਂ ਹਟ ਗਏ ਆ ਨਹੀਂ ਹੁਣ ਤਾਂ ਇੱਕ ਦੋ ਦਿਨ ਹੁਣ ਤਾਂ ਕੋਈ ਨੀ ਰਹਿੰਦਾ ਇੱਕ ਦੋ ਦਿਨ ਅੱਗੇ ਜੰਜਾਂ ਕਹਿੰਦੇ ਕਈ ਕਈ ਦਿਨ ਡੱਕ ਲੈਂਦੇ ਸੀ ਰਹਿੰਦੇ ਸੀ ਇਹ ਕੀ ਚੱਕਰ ਚੱਕਰ ਕੀ ਅੱਗੇ ਕਬੀਲੇ ਜ਼ਿਆਦਾ ਸੀ ਅਗਲੇ ਸਹਿੰਦੇ ਸੀ ਦੁੱਧ ਘਿਓ ਕਰਦੇ ਸੀ ਹੁਣ ਅੱਗੇ ਆ ਰਹੇ ਇੱਥੇ ਆ ਗਈ ਉਹ ਜਨੇਤੀ ਸੀ ਜਿਹੜੇ ਸਲਾਤ ਨੀ ਸੀ ਮੰਗਦੇ ਮੈਨੂੰ ਸਲਾਦ ਉਹ ਫਲਾਨੀ ਹੁਣ ਅਗਲੇ ਨੇ ਪਕਾ ਲੈਣਾ ਗੋਸ਼ਤ ਪਕਾ ਲੈਣਾ ਦੁੱਧ ਖੋਲਾ ਦੇਸੀ ਘੇ ਪਕਾ ਕੇ ਚੌਲ ਪਕਾ ਚਾਹੇ ਵੀਹ ਦਿਨ ਬੈਠੀ ਜਾਵੇ ਜਿਹਨੇ ਖਾਈ ਜਾਣਾ ਉਹ ਜੱਸ ਹੋਣ ਹੋਰ ਕਾਹਦੀ ਹੁਣ ਨੱਚ ਕੇ ਦਿਖਾਉਣਾ ਤੈਨੂੰ ਹਜੇ ਤੁਸੀਂ ਹੱਦ ਮੋਗੇ ਜਾਵੇ ਯਾਰ ਬੋਲੀ ਹੁਣ ਮੈਂ ਅੱਗੇ ਬਾਤ ਦਿੱਤੀ ਗੱਲ ਚੋਂ ਗੱਲ ਨਿਕਲੇ ਉਹ ਤੂੰ ਇੱਥੇ ਕੋਈ ਸ਼ੈਰੀ ਕਰ ਨਾ ਮੈਂ ਜੇ ਕੋਈ ਯਾਦ ਆ ਗਈ ਤਾਂ ਦੱਸ ਦਊ ਫਿਰ ਨਹੀਂ ਤਾਂ ਮੈਂ ਅੱਗੇ ਭਰੀਆਂ ਹੀ ਆ ਤੇ ਘੜੀ ਘੜੀ ਉਹੀ ਨੀ ਭਰੀ ਦੀਆਂ ਉੱਥੇ ਲੈ ਚੱਲ ਚਰਖਾ ਮੇਰਾ ਜਿੱਥੇ ਤੇਰੇ ਹਲ ਵਗਦੇ ਪੋਏ ਨਹੀਂ ਇਹ ਕਿਹੜੀਆਂ ਬੋਲੀਆਂ ਏਦਾਂ ਦੀਆਂ ਨੇ ਲੱਡੀ ਲੱਡੂ ਵੰਡ ਦੀ ਕਚਹਿਰੀ ਹੋ ਆਵਾਂ ਇਹ ਵੀ ਨਹੀਂ ਬੋਲੀ ਤੁਹਾਡੇ ਤਾਂ ਹੁਣ ਬਈ ਕਲਾਸ ਹੀ ਕੋਈ ਨਹੀਂ ਆਉਂਦਾ ਹਾਂ ਨੀਲੀ ਘੋੜੀ ਵੇ ਚਾਵਾਂ 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 ਕੋਲਾਂ ਕੂਕਦੀਆਂ ਕਿਤੇ ਬੋਲ ਵੇ ਚੰਦਰਿਆ ਕਾਵਾਂ ਹਾਂ ਕੋਲਾਂ ਕੂਕਦੀਆਂ ਕਿਤੇ ਬੋਲ ਵੇ ਚੰਦਰਿਆ ਕਾਵਾਂ ਨਹੀਂ ਨਾ ਠਹਿਰ ਜਾ ਚਾਵਾਂ 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 ਕੋਲਾਂ ਕੂਕਦੀਆਂ ਕਦੇ ਬੋਲ ਵਿੱਚ ਚੰਦਰਿਆ ਕਾਵਾਂ ਬੋਲੀ ਪਾ ਮੈਂ ਤੇਰਾ ਮੈਂ ਨੱਚਦੀ ਗਲੀ ਵਿੱਚੋਂ ਆਵਾਂ ਮੈਂ ਨੱਚਦੀ ਗਲੀ ਵਿੱਚੋਂ ਆਵਾਂ ਮਨਾਤੀ ਗਲੀ ਵਿੱਚੋਂ ਆਵਾਂ ਗਲ ਲੱਗ ਮਿੱਤਰਾਂ ਦੇ ਮੈਂ ਅਮਰ ਬੇਲ ਬਣ ਜਾਵਾਂ ਆਹ ਲੈ ਚੱਕ ਮਿੱਤਰਾ ਮੇਰੀ ਹਿੱਕ ਤੇ ਤੇਰਾ ਸਰਨਾਮਾ ਇਹਨੂੰ ਕਹਿੰਦੇ ਆ ਬੋਲ ਇਹਨੂੰ ਬੋਲੀ ਕਹਿੰਦੇ ਆ ਉਹ ਆ ਜਿਹੜੇ ਟੋਟੇ ਤੋਂ ਇੱਕ ਇੱਕ ਬੋਲ ਫੜਿਆ ਇਹ ਬਾਬਾ ਜੀ ਬੋਲੀ ਜਿਹੜੀ ਨਾ ਇੱਕੋ ਹੀ ਹੁੰਦੀ ਆ ਅਸਲ ਚ ਤੁਸੀਂ ਜਿਹੜੀ ਸੁਣਾਈ ਨਾ ਇਹ ਕਿੰਨੀਆਂ ਸਾਰੀਆਂ ਬੋਲੀਆਂ ਜੋੜੀਆਂ ਹੋਈਆਂ ਸੀ ਗੀਤ ਬਣ ਗਿਆ ਬੋਲੀ ਉੱਦਾਂ ਇੱਕੋ ਹੀ ਕਹਿੰਦੇ ਇੱਕੋ ਲਾਈਨ ਦੀ ਹੁੰਦੀ ਆ ਉਹਨੂੰ ਦੋ ਵਾਰੀ ਕਰਕੇ ਕਹਿ ਲੈਂਦੇ ਇੱਕ ਬੋਲੀ ਹੈ ਇਹ ਬੋਲੀ ਆ ਆਖੇ ਉੜਦੀ ਧੂੜ ਦੇਖਦੀ ਬੋਤਾ ਯਾਰ ਨਾ ਨਜ਼ਰ ਨਾ ਆਵੇ ਨਜ਼ਰ ਕਿਉਂ ਨੀ ਆਈ ਹੋਰ ਮੋਹਰੇ ਬੋਲ ਹੋਵੇ ਤਾਂ ਫੇਰ ਹੀ ਪਤਾ ਲੱਗੂ ਆਹੋ ਨਾਲ ਜਵਾਬ ਹੋਵੇ ਫੇਰ ਉਹਦਾ ਹੈ ਉੜਦੀ ਧੂੜਦੇ ਸੀ ਬੋਤਾ ਯਾਰ ਦਾ ਨਜ਼ਰ ਨੀ ਆਇਆ ਅੱਗੇ ਹੁਣ ਹੈ ਕੁਛ ਕੁਛ ਵੀ ਨੀ ਠੀਕ ਆ ਬਾਬਾ ਜੀ ਕਮਾਲ ਹੀ ਕਰਦੇ ਸੀ ਆਖੇ ਭਾਟਸਾ 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 ਦੁੱਧ ਦਾ ਗਲਾਸ ਮੰਗਿਆ ਉਹਨੇ ਕੰਗਣੀ ਬਲੋਬਰ ਕਰਤਾ ਹੱਸਦੀ ਜੇ ਦਿਨ ਵਗਿਆ ਅਸੀਂ ਕੱਢ ਕੇ ਥਲੀ ਦਿੱਤਾ ਧਰਤਾ ਇਹ ਬੋਲੀਆਂ ਬੋਲੀ ਇਹਨੂੰ ਕਹਿੰਦੇ ਬੋਲੀ ਸਿੱਠਣੀਆਂ ਵੀ ਬੜੀ ਬੜੀ ਨਾਨਕਿਆਂ ਨੇ ਦਾਦਕਿਆਂ ਨੂੰ ਦੇਣੀਆਂ ਦਾਦਕਿਆਂ ਨੇ ਗਾਲਾਂ ਕੱਢੀ ਜਾਣੀਆਂ ਬੇਹਦਤੀਆਂ ਕਈ ਗਾਲਾਂ ਗੁੱਸਾ ਨੀ ਸੀ ਕਰਦੇ ਬੰਦੇ ਦੇ ਛੇ ਵੱਜ ਗਿਆ ਹੁਣ ਹੁਣ ਮਿਹਰਬਾਨੀ ਚਲੋ ਤੈਨੂੰ ਚਾਹ ਪਾਣੀ ਪਲਾਵਾਂ ਤਾਰ ਹੋ ਗਿਆ
सची गल जिदा बाबा जी का कलाम है ना इन्होंने सुनाया ओदा की गल नहीं है इश्क मशूकी आले शायर इश्क मशूकी आले शायरी मैं नहीं करदा इदा कोई जरूरी नहीं जैसी नहीं तू केड़ी करदा शायरी आ बंदा कोई अपनी धरती दी तारीफ करे अपनी बोली दी तारीफ करे दोने गल्लां ओ दलील ए दिया दोए चीजां अल्लाह दी जात है ना जेड़ी हां सब तो पहला हुक्म नमाज दा ठीक है नमाज भी पढ़नी है सब कुछ करना हुण जद इहदे अरगे तेरे मेरे जिंदगी दे रंग है देखो इत्थे फुलां दी क्यारी बीज दो एक रंग दे फुल बीज दो सारे तीसरे दिन तुसी कहना पट्टो सारिआं नूं जे सारे रंगां दे फुल लिया के ला दो ना तुसी सारी उम्र नहीं रजना उतों ये रंगा रंगी है जिंदगी दी यह जड़ा ना हम थुनिया सुनाइया गल्ला माड़ा मोटा ना कि हूँ नमाज रोजा भी अपने कहना मैं जिंदगी तकरीब मेरा ख्याल है 60 साल हो गया उन्हें मैं एक रोजा अज तक नहीं छड़िया नमाज अल्लाह की मेहरबानी ना मैं नहीं बाह लगती छी तो दसिया किसी नहीं आप भी मैं पढ़ना नफल भी और नफल भी मैं पढ़ना और तलावत भी मैं हमेशा करदा बोलिया भी मैं रंग बिरंगिया हमेशा लाए लांड्या सुना हटते नहीं रंग है मैं गल बल दिता रंग दे सारे रंग जिंदगी किताब तो मेरी है जी छपी 2002 च रात रले पानी मैं सुना दिंदा बाबा जी जिदा दी गजल मजल लिख दे ना अजकल कोई दुआ हुण चल नहीं हुंदी कोई दुआ हुण चल नहीं दिल दी मुश्किल हल नहीं हुंदी अगे पिछे बड़िया सोचा ओ आ जांदा है गल नहीं हुंदी अगे पिछे बड़िया सोचा ओ आ जांदा गल नहीं हुंदी ते एक होर तुहाडे लई खास तौर ते शेर ओने सब नूं मिलना हुंदा ओने सब नूं सारयां दे मशूकां दा इही हाल हुंदा ओने सब नूं मिलना हुंदा साथों ए गल चल नहीं हुंदी ओने सब नूं मिलना हुंदा साथों ए गल चल नहीं हुंदी ते मेले एक दिन हुसन तारक हिजर दी रात अटल नहीं हुंदी आखर मेले होने ओ जदना भी होण ओ आहो जिने सब नाल मिलना ओनु केड़े चलदा अगले सड़ना इया देख के सादा बाबे दा शुक्रिया बाबा जी दे नाल मशूक दा हुंदा इक दा हां जिने हड़ नु मिलना ओनु केने चलना ओने ते हड़ नु मिलना ओदे कोले करने ओदे इही मशूकी नाल एवें चंगा बंदा ਕਈਆਂ ਦੇ ਮਸ਼ੂਕ ਜਿਹੜਾ ਸਭ ਨੂੰ ਮਿਲਦੇ ਹੁੰਦੇ ਲੇਕਿਨ ਫਿਰ ਵੀ ਉਹਨਾਂ ਕੋ ਰਹਿ ਨਹੀਂ ਹੁੰਦਾ ਫਿਰ ਵੀ ਪਿੱਛੇ ਉਹਦੇ ਤੁਰੇ ਫਿਰਦੇ ਉਦੂ ਦਾ ਸ਼ੇਰ ਯਾਦ ਆ ਗਿਆ ਜੀ ਇਹ ਦਿਲ ਬਹੁਤ ਉਦਾਸ ਹੈ ਜਬ ਸੇ ਖਬਰ ਹੋਈ ਹਾਂ ਇਹ ਦਿਲ ਬਹੁਤ ਉਦਾਸ ਹੈ ਜਬ ਸੇ ਖਬਰ ਹੋਈ ਮਿਲਤੇ ਹੈ ਉਹ ਖਲੂਸ ਸੇ ਹਰ ਆਦਮੀ ਕੇ ਸਾਥ ਹਰ ਆਦਮੀ ਕੇ ਸਾਥ ਹਰ ਬੰਦੇ ਨਾਲ ਖਲੂਸ ਨਾਲ ਮਿਲਦਾ ਲੇਕਿਨ ਸਾਡੇ ਦਿਲ ਤੇ ਛੁਰੀਆਂ ਚੱਲਦੀਆਂ ਉਹ ਸਾਨੂੰ ਇਦਾਂ ਦਾ ਖਲੂਸ ਘੱਟ ਹੀ ਆਉਂਦਾ ਲੈ ਉਹ ਬਾਈ ਜਦੋਂ ਗਿਆ ਉਹ ਯਾਰ ਯਾਰ ਬਾਈ ਜਦੋਂ ਗਿਆ ਸੌਰੀ ਤੈਨੂੰ ਕਿੰਨੇ ਕਿ ਦਿਨ ਚੱਲਿਆ ਉਹਨਾਂ ਨੇ मर्जी
ਇਹ ਆਪ ਨਹੀਂ ਆਇਆ ਹੋਣਾ ਕੱਢੇ ਇਹ ਆਪ ਨਹੀਂ ਆਇਆ ਹੋਣਾ ਇਹਨੂੰ ਕੱਢਿਆ ਹੀ ਹੋਣਾ ਅਗਲਿਆਂ ਨੇ ਸਹੁਰੇ ਆਪਣੇ ਕਿੱਥੇ ਸੀ ਕਿਹੜੇ ਪਿੰਡ ਦੇ ਆ ਉਹ ਪਿੱਛੋਂ ਪਿੱਛੋਂ ਸਾਡੇ ਕੋਲ ਸੀ ਮਾਨਗੜ੍ਹ ਆਪ ਪਿੰਡ ਵਾਲਿਆਂ ਨੇ ਨਾਂ ਰੱਖਿਆ ਹੋਇਆ ਬਕਾਇਆ ਪਿਆ ਸੀ ਪਰੇ ਮਰਬਾ ਇੱਕ ਉਹ ਮੁਰੱਬਾ 4:30 ਬਣ ਲਿਆ ਨਾਲੇ ਉਸ ਮੁਰੱਬੇ 'ਚ ਕਬਰ ਸਤਾ ਨਾ ਨਾਲੇ 4:30 ਪਿੰਡ ਆ ਸੋ ਜੀ ਦੋਸਤੋ ਇਹ ਰੰਗਾ ਰੰਗ ਮਹਿਫਲ ਅੱਜ ਚੈਨਲ ਇੱਕ ਪਿੰਡ ਪੰਜਾਬ ਦਾ ਦੀ ਤਰਫੋਂ ਤੁਸੀਂ ਦੇਖੀ ਸੁਣੀ ਬਾਬਾ ਜੀ ਫਕੀਰ ਮੁਹੰਮਦ ਸਾਹਿਬ ਦੇ ਨਾਲ ਇਹਨਾਂ ਦੀ ਬੜੀ ਮਿਹਰਬਾਨੀ ਇੱਥੇ ਆਏ ਸੋ ਜੀ ਤਾਰਕ ਸਾਹਿਬ ਦਾ ਬੜਾ ਸ਼ੁਕਰੀਆ ਜਿਨ੍ਹਾਂ ਦੇ ਡੇਰੇ ਦੇ ਉੱਤੇ ਮਹਿਫਲ ਸਜੀ ਅਤੇ ਨਾਲ ਸਾਰੇ ਸੱਜਣਾਂ ਦਾ ਦਾਨਿਸ਼ ਸਾਹਿਬ ਦਾ ਅਤੇ ਰਾਣਾ ਸਾਹਿਬ ਦਾ ਬਹੁਤ ਸ਼ੁਕਰੀਆ ਇਸ ਦੇ ਨਾਲ ਇਜਾਜ਼ਤ ਤੇ ਬਾਬਾ ਜੀ ਨਾਲ ਅਗਲੀ ਮੁਲਾਕਾਤ ਪੈਂਡਿੰਗ ਕਿਸੇ ਵੇਲੇ ਫੇਰ ਟੱਕਰੇ ਹੋਣਗੇ ਇਹਦੇ ਨਾਲ ਇਜਾਜ਼ਤ ਰੱਬ ਰਾਖਾ ਅਸਲਾਮ ਵਾਲੇਕੁਮ।